ਲੀਬੀਆ ਦੇਸ਼ ਦਾ ਤਾਨਾਸ਼ਾਹ ਜਨਰਲ ਗਦਾਫੀ, ਜਿਸ ਬਾਰੇ ਕਦੇ ਦਲਜੀਤ ਨੇ ਗਾਣਾ ਗਾਇਆ ਸੀ ਕਿ ਤੰਬੂ ਲਾਉਂਦਾ ਚੋਟੀ 'ਤੇ, ਬਾਡੀ ਗਾਰਡ ਸੀ ਰੱਖਦਾ ਕੁੜੀਆਂ। ਦੁਨੀਆ ਅੱਜ ਗਦਾਫੀ ਨੂੰ ਲੀਬੀਆ ਦਾ ਇੱਕ ਕਰੂਰ, ਸੜਕੀ ਅਤੇ ਹਵਸ਼ੀ ਤਾਨਾਸ਼ਾਹ ਦੇ ਰੂਪ ਵਿੱਚ ਦੇਖਦੀ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਅਮੈਰੀਕਾ, ਕੈਨੇਡਾ, ਯੂਰਪ ਤੋਂ ਸੋਹਣੀਆਂ ਕੁੜੀਆਂ ਇੰਪੋਰਟ ਕਰਾ ਕੇ ਆਪਣੀਆਂ ਬਾਡੀਗਾਰਡ ਰੱਖਦਾ ਸੀ ਅਤੇ ਪਹਾੜ ਦੀ ਚੋਟੀ ਉੱਤੇ ਤੰਬੂ ਲਾ ਕੇ ਸਿਰਫ ਕੁੜੀਆਂ ਨਾਲ ਹੀ ਰਹਿੰਦਾ ਸੀ। ਗਦਾਫੀ ਬਾਰੇ ਦੋ ਪੱਖ ਦੁਨੀਆ ਵਿੱਚ ਮਸ਼ਹੂਰ ਆਏ। ਪਹਿਲਾ ਪੱਖ ਇਹ ਕਿ ਉਹ ਇੱਕ ਕਰੂਰ ਤਾਨਾਸ਼ਾਹ ਸੀ, ਜਦਕਿ ਦੂਜਾ ਪੱਖ ਇਹ ਕਿ ਉਸਨੇ ਲੀਬੀਆ ਨੂੰ ਬਹੁਤ ਉੱਚੀਆਂ ਬੁਲੰਦੀਆਂ ਤੱਕ ਪਹੁੰਚਾ ਦਿੱਤਾ ਅਤੇ ਲੀਬੀਆ ਦੇ ਲੋਕ ਅੱਜ ਵੀ ਗਦਾਫੀ ਨੂੰ ਯਾਦ ਕਰਕੇ ਰੋਂਦੇ ਹਨ। ਪਰ ਗਦਾਫੀ ਦੀ ਅਸਲ ਸੱਚਾਈ ਕੀ ਸੀ, ਕਿਹੋ ਜਿਹਾ ਸੀ ਉਸਦਾ ਰਹਿਣ ਸਹਿਣ ਅਤੇ ਉਸਦਾ ਜੀਵਨ, ਅਤੇ ਕਿਉਂ ਉਸਨੂੰ ਮਾਰ ਦਿੱਤਾ ਗਿਆ, ਇਹ ਸਾਰਾ ਕੁਝ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੇ, ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜ੍ਹੇ ਹੋ ਜਾਣਗੇ। ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ, ਗਦਾਫੀ ਦਾ ਪੂਰਾ ਨਾਮ ਮਿਊਮਾਰ ਮੁਹੰਮਦ ਅਬੂ ਮਨਿਆਰ ਅਲ ਗਦਾਫੀ ਸੀ। ਗਦਾਫੀ ਦਾ ਜਨਮ ਅਬੂ ਮਨਿਆਰ ਅਤੇ ਆਸ਼ਾ ਮਨਿਆਰ ਦੇ ਘਰ ਵਿੱਚ 1942 ਨੂੰ ਹੋਇਆ। ਗਦਾਫੀ ਨੂੰ ਲੋਕ ਕਰਨਲ ਗਦਾਫੀ ਵੀ ਕਹਿੰਦੇ ਸਨ, ਪਰ ਇਹ ਕਰਨਲ ਸ਼ਬਦ ਉਸਨੇ ਆਪਣੇ ਆਪ ਹੀ ਆਪਣੇ ਨਾਮ ਦੇ ਨਾਲ ਲਗਾਇਆ ਸੀ। ਲੀਬੀਆ ਦੇਸ਼ ਵਿੱਚ 60 ਅਤੇ 70 ਦੇ ਦਹਾਕੇ ਵਿੱਚ ਰਾਜਸ਼ਾਹੀ ਰਾਜਿਆਂ ਦਾ ਤਾਨਾਸ਼ਾਹ ਰਾਜ ਆਉਂਦਾ ਸੀ। ਉਸ ਵਕਤ ਲੀਬੀਆ ਵਿੱਚ ਇੱਕ ਇਦਰਿਸ਼ ਰਾਜੇ ਦਾ ਰਾਜ ਸੀ। ਉਸ ਸਮੇਂ ਅਰਬ ਦੇਸ਼ਾਂ ਵਿੱਚ ਅਤੇ ਇਜ਼ਰਾਇਲ ਦੇ ਵਿਚਕਾਰ ਇੱਕ ਬਹੁਤ ਵੱਡੀ ਜੰਗ ਲੱਗੀ, ਪਰ ਇਹ ਜੰਗ ਇਜ਼ਰਾਇਲ ਨੇ ਜਿੱਤ ਲਈ। ਅਰਬ ਦੇਸ਼ਾਂ ਦੀ ਹਾਰ ਦਾ ਕਾਰਨ ਉਸ ਵਕਤ ਲੋਕ ਲੀਬੀਆ ਦੇ ਪਹਿਲੇ ਰਾਜੇ ਇਦਰਿਸ ਨੂੰ ਜ਼ਿੰਮੇਵਾਰ ਮੰਨਦੇ ਸਨ। ਇਸੇ ਕਰਕੇ ਉਸ ਵਕਤ ਪੂਰਾ ਦੇਸ਼ ਹੀ ਆਪਣੇ ਰਾਜੇ ਇਦਰਿਸ ਦੇ ਖਿਲਾਫ ਹੋ ਗਿਆ। ਗਦਾਫੀ ਉਹਨਾਂ ਦਿਨਾਂ ਵਿੱਚ ਲੀਬੀਆ ਦੀ ਫੌਜ ਵਿੱਚ ਇੱਕ ਕੈਪਟਨ ਦੇ ਅਹੁਦੇ 'ਤੇ ਤੈਨਾਤ ਸੀ। ਗਦਾਫੀ ਨੇ ਰਾਜੇ ਇਦਰਿਸ ਦੇ ਖਿਲਾਫ ਲੋਕਾਂ ਦੇ ਗੁੱਸੇ ਨੂੰ ਆਪਣਾ ਹਥਿਆਰ ਬਣਾਇਆ ਅਤੇ ਲੋਕਾਂ ਨੂੰ ਤਖ਼ਤਾ ਪਲਟ ਕਰਨ ਲਈ ਉਕਸਾਇਆ। ਉਨੀ ਦਿਨੀ ਸਾਲ 1969 ਵਿੱਚ ਅਚਾਨਕ ਇਦਰਿਸ ਆਪਣਾ ਇਲਾਜ ਕਰਵਾਉਣ ਲਈ ਤੁਰਕੀ ਜਾਂਦਾ ਹੈ, ਪਰ ਉਸਦੇ ਪਿੱਛੋਂ ਗਦਾਫੀ ਨੇ ਲੀਬੀਆ ਦੇ ਲੋਕਾਂ ਨੂੰ ਭੜਕਾ ਕੇ ਆਪਣੇ ਨਾਲ ਜੋੜ ਲਿਆ। ਜਦੋਂ ਤੱਕ ਇਦਰਿਸ ਆਪਣਾ ਇਲਾਜ ਕਰਵਾ ਕੇ ਵਾਪਸ ਆਇਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਲੀਬੀਆ ਦਾ ਤਖ਼ਤਾ ਪਲਟ ਹੋ ਚੁੱਕਾ ਸੀ। ਇਹ ਵੇਖ ਫਿਰ ਇਦਰਿਸ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡ ਕੇ ਹੀ ਭੱਜ ਗਿਆ। ਇਦਰਿਸ ਦੇ ਭੱਜਣ ਦੇ ਨਾਲ ਹੀ ਲੀਬੀਆ ਦੇ ਰੇਡੀਓ 'ਤੇ ਇੱਕ ਅਨਾਊਂਸਮੈਂਟ ਆਉਂਦੀ ਹੈ ਕਿ ਇਦਰਿਸ ਦਾ ਰਾਜ ਹੁਣ ਖਤਮ ਹੋ ਚੁੱਕਾ। ਇਸ ਤੋਂ 7 ਦਿਨਾਂ ਬਾਅਦ ਇੱਕ ਹੋਰ ਐਲਾਨ ਕੀਤਾ ਜਾਂਦਾ ਕਿ ਗਦਾਫੀ ਹੁਣ ਲੀਬੀਆ ਦਾ ਨਵਾਂ ਰਾਜਾ ਹੋਵੇਗਾ। ਗਦਾਫੀ ਦੇ ਆਉਣ ਦੇ ਨਾਲ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਸੀ। ਸ਼ੁਰੂਆਤੀ ਦਿਨਾਂ ਵਿੱਚ ਗਦਾਫੀ ਬਹੁਤ ਹੀ ਲੋਕਾਂ ਅਨੁਸਾਰ ਆਪਣਾ ਰਾਜ ਪ੍ਰਬੰਧ ਚਲਾਉਂਦਾ ਸੀ। ਉਸਦੀ ਪਤਨੀ ਵੀ ਆਮ ਲੋਕਾਂ ਵਿੱਚ ਹੀ ਰਹਿੰਦੀ ਅਤੇ ਗਦਾਫੀ ਆਪਣੀ ਬਹੁਤ ਪੁਰਾਣੀ ਕਾਰ ਵਿੱਚ ਹੀ ਸਫ਼ਰ ਕਰਦਾ। ਪਰ ਹੌਲੀ ਹੌਲੀ ਸੱਤਾ ਦਾ ਨਸ਼ਾ ਗਦਾਫੀ ਦੇ ਵੀ ਦਿਮਾਗ ਨੂੰ ਸੁੰਨ ਕਰ ਗਿਆ। ਜਿਸ ਵੇਲੇ ਉਹ ਲੀਬੀਆ ਦਾ ਸ਼ਾਸਕ ਬਣਿਆ, ਉਸ ਵਕਤ ਉਹ ਸਿਰਫ 27 ਸਾਲਾਂ ਦਾ ਨੌਜਵਾਨ ਸੀ ਅਤੇ ਸੱਤਾ ਹਾਸਲ ਕਰਨ ਤੋਂ ਬਾਅਦ ਗਦਾਫੀ ਨੇ ਲੀਬੀਆ ਵਿੱਚੋਂ ਨਿਕਲਦੇ ਤੇਲ 'ਤੇ ਆਪਣਾ ਕੰਟਰੋਲ ਕੀਤਾ। ਪਹਿਲੇ ਰਾਜੇ ਇਦਰਿਸ ਦੇ ਸਮੇਂ ਲੀਬੀਆ ਦੇ ਸਾਰੇ ਤੇਲ ਦੇ ਖੂਹਾਂ ਦਾ ਅਧਿਕਾਰ ਵਿਦੇਸ਼ੀ ਕੰਪਨੀਆਂ ਕੋਲ ਹੁੰਦਾ ਸੀ, ਪਰ ਗਦਾਫੀ ਨੇ ਪਹਿਲੇ ਸਾਰੇ ਸਮਝੌਤੇ ਰੱਦ ਕਰਕੇ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਨੂੰ ਲੀਬੀਆ ਵਿੱਚੋਂ ਭਜਾ ਦਿੱਤਾ ਅਤੇ ਸਾਰਾ ਅਧਿਕਾਰ ਆਪਣੇ ਕੋਲ ਰੱਖ ਲਿਆ। ਇਸ ਫੈਸਲੇ ਨਾਲ ਲੀਬੀਆ ਦੇ ਆਮ ਲੋਕਾਂ ਨੂੰ ਬਹੁਤ ਸਾਰਾ ਪੈਸਾ ਮਿਲਿਆ। ਦੇਖਦੇ ਹੀ ਦੇਖਦੇ ਲੀਬੀਆ ਦੀ ਆਰਥਿਕ ਸਥਿਤੀ ਵਿੱਚ ਇੱਕ ਬਹੁਤ ਵੱਡਾ ਉਛਾਲ ਆ ਗਿਆ। ਗਦਾਫੀ ਦੇ ਇਸ ਫੈਸਲੇ ਤੋਂ ਬਾਅਦ ਹੀ ਅੱਜ ਅਰਬ ਦੇ ਦੂਜੇ ਦੇਸ਼ਾਂ ਨੇ ਤੇਲ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਿਆ ਸੀ।
ਅੱਜ ਜੋ ਅਰਬ ਦੇਸ਼ਾਂ ਦੀ ਤੁਸੀਂ ਚਮਕ ਦਮਕ ਦੇਖਦੇ ਹੋ, ਕਿਤੇ ਨਾ ਕਿਤੇ ਇਹ ਗਦਾਫੀ ਦੀ ਹੀ ਦੇਣ ਹੈ। ਲੋਕਾਂ ਕੋਲ ਅਤੇ ਸਰਕਾਰ ਕੋਲ ਇੱਕੇ ਦਮ ਅੰਨਾ ਪੈਸਾ ਆਇਆ। ਗਦਾਫੀ ਨੇ ਆਪਣੇ 42 ਸਾਲ ਦੇ ਰਾਜ ਵਿੱਚ ਸਾਰੇ ਲੀਬੀਆ ਦੇਸ਼ ਨੂੰ ਹੀ ਪਾਣੀ ਅਤੇ ਬਿਜਲੀ ਫ੍ਰੀ ਕਰ ਦਿੱਤੀ। ਲੀਬੀਆ ਦੇ ਲੋਕਾਂ ਦੀ ਪੜ੍ਹਾਈ ਅਤੇ ਹਸਪਤਾਲ ਖਰਚੇ ਵੀ ਸਾਰੇ ਮਾਫ਼ ਕਰ ਦਿੱਤੇ ਗਏ। ਜੇਕਰ ਕੋਈ ਨੌਜਵਾਨ ਲੀਬੀਆ ਵਿੱਚ ਵਿਆਹ ਕਰਵਾਉਂਦਾ ਸੀ ਤਾਂ ਦੋਹਾਂ ਪਤੀ ਪਤਨੀ ਨੂੰ ਇੱਕ ਫ੍ਰੀ ਘਰ ਦਿੱਤਾ ਜਾਂਦਾ, ਨਾਲ 50,000 ਅਮਰੀਕੀ ਡਾਲਰ ਦਿੱਤੇ ਜਾਂਦੇ। ਗਦਾਫੀ ਦੇ ਰਾਜ ਤੋਂ ਪਹਿਲਾਂ ਲੀਬੀਆ ਦੇ ਵਿੱਚ ਸਿਰਫ 25% ਲੋਕ ਹੀ ਪੜ੍ਹੇ ਲਿਖੇ ਸਨ, ਪਰ ਗਦਾਫੀ ਦੇ ਰਾਜ ਵੇਲੇ ਇਹ ਸੰਖਿਆ ਵੱਧ ਕੇ 88% ਹੋ ਗਈ। ਗਦਾਫੀ ਨੇ ਅਮੀਰ ਲੋਕਾਂ ਨੂੰ ਪੈਸੇ, ਗਰੀਬਾਂ ਨੂੰ ਵਿਆਜੂ ਦੇਣ 'ਤੇ ਵੀ ਰੋਕ ਲਗਾ ਦਿੱਤੀ ਸੀ। ਉਸ ਵਕਤ ਜੇ ਕਿਸੇ ਨੂੰ ਪੈਸੇ ਚਾਹੀਦੇ ਵੀ ਹੁੰਦੇ ਸਨ ਤਾਂ ਉਸਨੂੰ ਬਿਨਾਂ ਵਿਆਜ ਹੀ ਮਿਲਦੇ ਸਨ। ਜੇਕਰ ਲੀਬੀਆ ਦੇ ਨਾਗਰਿਕ ਨੂੰ ਇਲਾਜ ਕਰਵਾਉਣ ਲਈ ਕਿਸੇ ਹੋਰ ਦੇਸ਼ ਵੀ ਜਾਣਾ ਪੈਂਦਾ ਤਾਂ ਉਸਦਾ ਸਾਰਾ ਖਰਚਾ ਗਦਾਫੀ ਦੀ ਸਰਕਾਰ ਚੁੱਕਦੀ ਸੀ। ਨਵ ਜਨਮੇ ਬੱਚੇ ਨੂੰ 5,000 ਅਮਰੀਕੀ ਡਾਲਰ ਦਿੱਤੇ ਜਾਂਦੇ ਸਨ। ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਮਿਲਦਾ ਸੀ। ਉਸ ਵਕਤ ਵਿਦੇਸ਼ੀ ਲੀਬੀਆ ਵਿੱਚ ਨੌਕਰੀ ਕਰਨ ਜਾਂਦੇ ਸਨ ਕਿਉਂਕਿ ਬਹੁਤ ਜ਼ਿਆਦਾ ਤਨਖਾਹ ਮਿਲਦੀ ਸੀ। ਇਹ ਗੱਲਾਂ ਲੀਬੀਆ ਦੇ ਲੋਕ ਅੱਜ ਕਹਿੰਦੇ ਹਨ। ਮੰਨ ਲਵੋ ਜੇਕਰ ਇਹਨਾਂ ਸਹੂਲਤਾਂ ਵਿੱਚੋਂ ਅੱਧੀਆਂ ਵੀ ਲੋਕਾਂ ਨੂੰ ਮਿਲਦੀਆਂ ਹੁੰਦੀਆਂ ਤਾਂ ਵੀ ਅੱਜ ਦੇ ਜ਼ਮਾਨੇ ਵਿੱਚ ਇੱਕ ਬਹੁਤ ਵੱਡੀ ਗੱਲ ਸੀ, ਕਿਉਂਕਿ ਅੱਜ ਕੋਈ ਵੀ ਦੇਸ਼ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇੰਨੀਆਂ ਜ਼ਿਆਦੀਆਂ ਸਹੂਲਤਾਂ ਨਹੀਂ ਦੇ ਸਕਦਾ। ਪਰ ਸਾਰੇ ਲੋਕ ਫਿਰ ਵੀ ਖੁਸ਼ ਨਹੀਂ ਸਨ ਹੋਏ। ਗਦਾਫੀ ਅਸਲ ਵਿੱਚ ਅਰਬ ਦੀ ਇੱਕ ਨਿਊਮੈਡਿਕ ਜਾਤੀ ਨਾਲ ਸੰਬੰਧ ਰੱਖਦਾ ਸੀ ਜਿਹੜੀ ਰੇਗਿਸਤਾਨ ਵਿੱਚ ਟੈਂਟ ਲਗਾ ਕੇ ਰਹਿੰਦੀ ਸੀ। ਇਸੇ ਕਰਕੇ ਰਾਜਾ ਬਣਨ ਤੋਂ ਬਾਅਦ ਵੀ ਗਦਾਫੀ ਟੈਂਟਾਂ ਵਿੱਚ ਹੀ ਰਹਿੰਦਾ ਰਿਹਾ। ਇੱਕ ਵਾਰ ਜਦੋਂ ਗਦਾਫੀ ਅਮਰੀਕਾ ਕੋਈ ਸਮਝੌਤਾ ਕਰਨ ਗਿਆ ਤਾਂ ਉੱਥੇ ਵੀ ਉਹ ਵਾਈਟ ਹਾਊਸ ਦੇ ਸਾਹਮਣੇ ਟੈਂਟ ਲਗਾ ਕੇ ਹੀ ਰਿਹਾ ਸੀ। ਗਦਾਫੀ ਆਪਣੀ ਜਾਤ 'ਤੇ ਬਹੁਤ ਮਾਣ ਕਰਦਾ ਸੀ ਅਤੇ ਇਸੇ ਕਰਕੇ ਟੈਂਟਾਂ ਵਿੱਚ ਰਹਿੰਦਾ ਸੀ। ਗਦਾਫੀ ਆਪਣੇ ਨਾਲ ਬਾਡੀਗਾਰਡ ਸਿਰਫ ਕੁੜੀਆਂ ਨੂੰ ਹੀ ਰੱਖਦਾ, ਜਿਸ ਬਾਰੇ ਦੋ ਧਾਰਨਾਵਾਂ ਲੋਕਾਂ ਵਿੱਚ ਬਣੀਆਂ ਹੋਈਆਂ ਸਨ। ਪਹਿਲੀ ਧਾਰਨਾ ਇਹ ਕਿ ਉਹ ਇੱਕ ਐਯਾਸ਼ੀ ਲਈ ਕੁੜੀਆਂ ਨਾਲ ਰੱਖਦਾ ਸੀ, ਜਦਕਿ ਦੂਜੀ ਇਹ ਕਿ ਗਦਾਫੀ ਮੁੰਡੇ ਕੁੜੀਆਂ ਨੂੰ ਬਰਾਬਰ ਰੱਖਣ ਦੀ ਕੋਸ਼ਿਸ਼ ਕਰਦਾ ਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ। ਗਦਾਫੀ ਦੇ ਨਾਲ ਜੋ ਕੁੜੀਆਂ ਬਾਡੀਗਾਰਡ ਹੁੰਦੀਆਂ ਸਨ ਉਹ ਪੂਰੀ ਦੁਨੀਆ ਵਿੱਚੋਂ ਹੀ ਚੁਣ ਕੇ ਸਭ ਤੋਂ ਸੋਹਣੀਆਂ ਭਰਤੀ ਕੀਤੀਆਂ ਜਾਂਦੀਆਂ ਸਨ। ਗਦਾਫੀ ਦੀ ਸਿਕਿਉਰਟੀ ਇੰਨੀ ਸਖਤ ਸੀ ਕਿ ਉਹ ਗੱਡੀਆਂ ਦੇ ਦੋ ਕਾਫਲੇ ਆਪਣੇ ਨਾਲ ਲੈ ਕੇ ਚੱਲਦਾ ਸੀ। ਸਾਰੀਆਂ ਗੱਡੀਆਂ ਇੱਕੋ ਰੰਗ, ਇੱਕੋ ਨੰਬਰ ਅਤੇ ਇੱਕੋ ਕੰਪਨੀ ਦੀਆਂ ਹੁੰਦੀਆਂ ਸਨ। ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ ਹੁੰਦਾ ਕਿ ਗਦਾਫੀ ਕਿਸ ਗੱਡੀ ਵਿੱਚ ਬੈਠਾ ਹੈ। ਵਿਦੇਸ਼ ਯਾਤਰਾ ਲਈ ਵੀ ਗਦਾਫੀ ਨੇ ਦੋ ਸੇਮ ਟੂ ਸੇਮ ਜਹਾਜ਼ ਰੱਖੇ ਹੋਏ ਸਨ। ਗਦਾਫੀ ਦੇ ਜਹਾਜ਼ ਵਿੱਚ ਬੈਠਣ ਤੋਂ 2-3 ਘੰਟੇ ਪਹਿਲਾਂ ਹੀ ਜਹਾਜ਼ ਉਡਾ ਦਿੱਤੇ ਜਾਂਦੇ ਸਨ ਤਾਂ ਜੋ ਕਿਸੇ ਕਿਸਮ ਦੀ ਤਕਨੀਕੀ ਖਰਾਬੀ ਜਾਂ ਫਿਰ ਕੋਈ ਬੰਬ ਵਗੈਰਾ ਦਾ ਪਹਿਲਾਂ ਹੀ ਪਤਾ ਲੱਗ ਸਕੇ। ਇੱਕ ਯੂਕਰੇਨੀ ਨਰਸ ਹਰ ਵਕਤ 24 ਘੰਟੇ ਉਸਦੇ ਨਾਲ ਰਹਿੰਦੀ ਸੀ, ਜੋ ਗਦਾਫੀ ਨੂੰ ਛੂਹਣ ਵਾਲੀ ਹਰ ਚੀਜ਼ ਨੂੰ ਚੈੱਕ ਕਰਦੀ ਸੀ ਕਿ ਕਿਤੇ ਕੋਈ ਕੀਟਾਣੂ ਜਾਂ ਕੋਈ ਵਾਇਰਸ ਗਦਾਫੀ ਕੋਲ ਨਾ ਪਹੁੰਚ ਜਾਵੇ। ਕਹਿੰਦੇ ਹਨ ਕਿ ਇੱਕ ਵਾਰ ਗਦਾਫੀ ਨੇ 1988 ਵਿੱਚ ਆਪਣੇ ਇੱਕ ਦੁਸ਼ਮਣ ਨੂੰ ਮਾਰਨ ਵਾਸਤੇ ਬੰਬ ਮਾਰ ਕੇ ਇੱਕ ਪੂਰੇ ਦਾ ਪੂਰਾ ਜਹਾਜ਼ ਹੀ ਉਡਾ ਦਿੱਤਾ ਸੀ, ਜਿਸ ਵਿੱਚ ਉਸ ਵਕਤ 243 ਲੋਕ ਸਵਾਰ ਸਨ ਅਤੇ ਉਹ ਸਾਰੇ ਦੇ ਸਾਰੇ ਹੀ ਮਾਰੇ ਗਏ ਸਨ। ਇਸ 'ਤੇ ਅਮਰੀਕੀ ਰਾਸ਼ਟਰਪਤੀ ਨੇ ਗਦਾਫੀ ਨੂੰ ਇੱਕ ਪਾਗਲ ਕੁੱਤਾ ਐਲਾਨ ਦਿੱਤਾ ਸੀ। ਗਦਾਫੀ ਨੇ ਲੀਬੀਆ ਵਿੱਚ ਇੱਕ ਨਵੀਂ ਨਦੀ ਤਿਆਰ ਕਰਵਾਈ, ਜਿਸ ਦੀ ਸਪਲਾਈ ਪੂਰੀ ਲੀਬੀਆ ਨੂੰ ਹੀ ਦਿੱਤੀ ਅਤੇ ਪੂਰੇ ਰੇਗਿਸਤਾਨੀ ਲੀਬੀਆ ਵਿੱਚ ਖੇਤੀ ਸ਼ੁਰੂ ਹੋ ਗਈ। ਲੀਬੀਆ ਦਾ ਜੇਕਰ ਕੋਈ ਬੰਦਾ ਖੇਤੀ ਕਰਨੀ ਚਾਹੁੰਦਾ ਸੀ ਤਾਂ ਉਸਨੂੰ ਜ਼ਮੀਨ, ਪਾਣੀ, ਬੀਜ, ਖਾਦਾਂ, ਮਸ਼ੀਨਰੀ ਅਤੇ ਇੱਕ ਘਰ ਸਭ ਕੁਝ ਫ੍ਰੀ ਦਿੱਤੇ ਜਾਂਦੇ ਸਨ।
ਪਰ ਗਦਾਫੀ ਦੀ ਮੌਤ ਤੋਂ ਬਾਅਦ ਇਹ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ ਅਤੇ ਅੱਜ ਲੀਬੀਆ ਪਾਣੀ ਦੀ ਬੂੰਦ ਬੂੰਦ ਲਈ ਤਰਸ ਰਿਹਾ ਹੈ। ਗਦਾਫੀ ਦਾ ਇੱਕ ਬੜਾ ਅਜੀਬ ਸ਼ੌਕ ਸੀ ਕਿ ਉਹ ਦੁਨੀਆ ਦੀਆਂ ਪਾਵਰਫੁੱਲ ਔਰਤਾਂ ਨੂੰ ਆਪਣੀਆਂ ਰਖੈਲਾਂ ਬਣਾ ਕੇ ਰੱਖਣਾ ਚਾਹੁੰਦਾ ਸੀ। ਉਹ ਇੱਕ ਅਮਰੀਕੀ ਵਿਦੇਸ਼ ਮੰਤਰੀ ਮੈਡਲਿਨ ਨੂੰ ਪਸੰਦ ਕਰਦਾ ਸੀ। ਉਹ ਆਪਣੀਆਂ ਇੰਟਰਵਿਊ ਵਿੱਚ ਸ਼ਰੇਆਮ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਪਰ ਸੱਤਾ ਦਾ ਅਹੰਕਾਰ ਹੌਲੀ ਹੌਲੀ ਉਸਦੇ ਸਿਰ 'ਤੇ ਚੜ ਗਿਆ। ਇੱਕ ਵਾਰ ਲੀਬੀਆ ਦੇ 4 ਹੌਲੀ ਉਮਰ ਦੇ ਵਿਦਿਆਰਥੀਆਂ ਨੇ ਗਦਾਫੀ ਦੀ ਫੋਟੋ 'ਤੇ ਮਜ਼ਾਕ ਦੇ ਨਾਲ ਕਾਲ ਕਮਲ ਦਿੱਤੀ, ਪਰ ਉਸੇ ਰਾਤ ਹੀ ਉਹਨਾਂ 4 ਦੀਆਂ ਲਾਸ਼ਾਂ ਨੂੰ ਪੂਰੇ ਸ਼ਹਿਰ ਦੇ ਸਾਹਮਣੇ ਲਟਕਾ ਦਿੱਤਾ ਗਿਆ ਸੀ। ਇੱਦਾਂ ਹੀ ਗਦਾਫੀ ਖਿਲਾਫ਼ ਬਗਾਵਤ ਕਰਨ ਵਾਲੇ 1200 ਕੈਦੀਆਂ ਨੂੰ ਲੈਣ ਵਿੱਚ ਖਿਲਾਰ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸੇ ਕਰਕੇ ਹੌਲੀ ਹੌਲੀ ਲੋਕ ਉਸਦੇ ਖਿਲਾਫ਼ ਹੁੰਦੇ ਗਏ। ਸਾਲ 2011 ਆਉਂਦੇ ਆਉਂਦੇ ਲੀਬੀਆ ਦੇ ਲੋਕ ਸ਼ਰੇਆਮ ਗਦਾਫੀ ਖਿਲਾਫ਼ ਮੁਜ਼ਾਹਰੇ ਕਰਨ ਲੱਗੇ ਸਨ। ਪੂਰਾ ਦੇਸ਼ ਹੀ ਉਸਦੇ ਖਿਲਾਫ਼ ਹੋ ਗਿਆ ਅਤੇ ਅਖੀਰ ਫਿਰ ਨਾਟੋ ਦੀਆਂ ਫੌਜਾਂ ਲੀਬੀਆ ਵਿੱਚ ਦਾਖਲ ਹੋਈਆਂ। ਨਾਟੋ ਨੇ ਲੀਬੀਆ ਦੀ ਰਾਜਧਾਨੀ ਉੱਤੇ ਕਬਜ਼ਾ ਕਰ ਲਿਆ, ਪਰ ਗਦਾਫੀ ਆਪਣਾ ਮਹਿਲ ਛੱਡ ਕੇ ਭੱਜ ਗਿਆ। ਲੋਕਾਂ ਨੂੰ ਲੱਗਾ ਕਿ ਉਹ ਦੇਸ਼ ਛੱਡ ਕੇ ਭੱਜ ਗਿਆ ਹੈ, ਪਰ ਉਹ ਜਾ ਕੇ ਆਪਣੇ ਪੁਰਾਣੇ ਪਿੰਡ ਵਿੱਚ ਲੁਕ ਗਿਆ। ਨਾਟੋ ਫੌਜਾਂ ਨੇ ਇਸ ਪਿੰਡ ਉੱਤੇ ਹਮਲਾ ਕੀਤਾ, ਪਰ ਗਦਾਫੀ ਜਾਨ ਬਚਾਉਣ ਦਾ ਮਾਰਾ ਇੱਕ 70 ਸੈਂਟੀਮੀਟਰ ਚੌੜੇ ਪੈਪ ਵਿੱਚ ਜਾ ਕੇ ਲੁਕ ਗਿਆ, ਪਰ ਕਿਸੇ ਨੇ ਉਸਨੂੰ ਵੜਦਾ ਹੋਇਆ ਦੇਖਿਆ। ਗਦਾਫੀ ਮਾੜੀ ਕਿਸਮਤ ਨਾਲ ਪੈਪ ਵਿੱਚ ਹੀ ਫਸ ਗਿਆ, ਪਰ ਅਖੀਰ ਫਿਰ ਲੋਕਾਂ ਨੇ ਫੜ ਕੇ ਉਸਨੂੰ ਬਾਹਰ ਕੱਢਿਆ ਅਤੇ ਉਸਦੀਆਂ ਦੋਹਾਂ ਲੱਤਾਂ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ। ਉਸ ਵਕਤ ਗਦਾਫੀ ਕੋਲੋਂ ਇੱਕ ਸੋਨੇ ਦਾ ਪਿਸਤੌਲ ਵੀ ਮਿਲਿਆ ਸੀ। ਪੈਪ ਵਿੱਚੋਂ ਬਾਹਰ ਕੱਢ ਕੇ ਲੋਕਾਂ ਦੀ ਭੀੜ ਭੁੱਖੇ ਕੁੱਤਿਆਂ ਵਾਂਗ ਉਸਨੂੰ ਨੋਚਣ ਲੱਗੀ। ਇੱਕ ਵਿਦਰੋਹੀ ਵੱਲੋਂ ਫਿਰ ਅਖੀਰ ਉਸਦੇ ਸਿਰ ਵਿੱਚ ਗੋਲੀ ਮਾਰ ਕੇ ਗਦਾਫੀ ਨੂੰ ਖਤਮ ਕਰ ਦਿੱਤਾ ਗਿਆ। ਇਹ ਪੂਰੀ ਵੀਡੀਓ ਤੁਸੀਂ ਯੂਟਿਊਬ ਉੱਤੇ ਵੀ ਦੇਖ ਸਕਦੇ ਹੋ। ਉਸ ਤੋਂ ਬਾਅਦ ਨਾਟੋ ਉਸਦੀ ਲਾਸ਼ ਨੂੰ ਆਪਣੇ ਨਾਲ ਲੈ ਗਈ। ਲੋਕਾਂ ਵੱਲੋਂ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ। ਇਸ ਤਰ੍ਹਾਂ ਲੀਬੀਆ 'ਤੇ ਲਗਾਤਾਰ 42 ਸਾਲ ਰਾਜ ਕਰਨ ਵਾਲਾ ਕਰਨਲ ਗਦਾਫੀ 2011 ਵਿੱਚ ਬੇਦਰਦ ਮੌਤ ਮਾਰਿਆ ਗਿਆ, ਉਹ ਵੀ ਆਪਣੇ ਲੋਕਾਂ ਹੱਥੋਂ। ਅੱਜ ਲੀਬੀਆ ਦੇ ਹਾਲਾਤ ਕੋਈ ਬਾਹਲੇ ਚੰਗੇ ਨਹੀਂ, ਪਰ ਇੱਕ ਸਮਾਂ ਸੀ ਜਦੋਂ ਲੀਬੀਆ ਦੀ ਇਕਾਨਮੀ ਨੂੰ ਗਦਾਫੀ ਅਮਰੀਕਾ ਦੇ ਬਰਾਬਰ ਲੈ ਆਇਆ ਸੀ। ਗਦਾਫੀ ਦੇ ਆਖਰੀ ਸ਼ਬਦ ਸਨ, ਵਟ ਡਿਡ ਆਈ ਡੂ ਟੂ ਯੂ, ਮੈਂ ਤੁਹਾਡੇ ਨਾਲ ਕੀ ਕੀਤਾ। ਦੋਸਤੋ, ਅੱਜ ਲੋਕਾਂ ਵਿੱਚ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਹਨ ਕਿ ਗਦਾਫੀ ਨੂੰ ਅਮਰੀਕਾ ਵੱਲੋਂ ਹੀ ਮਰਵਾ ਦਿੱਤਾ ਗਿਆ, ਕਿਉਂਕਿ ਅਮਰੀਕਾ ਦੀ ਅੱਖ ਲੀਬੀਆ ਦੇ ਤੇਲ ਦੇ ਖੂਹਾਂ ਉੱਤੇ ਸੀ। ਪਰ ਇਸ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਦੋਸਤੋ, ਇਹ ਸੀ ਕਹਾਣੀ ਲੀਬੀਆ ਦੇ ਤਾਨਾਸ਼ਾਹ ਕਰਨਲ ਗਦਾਫੀ ਦੀ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।